ਕੈਨੇਡਾ ਦੇ ਵਿੱਚ ਇੱਕ ਪੰਜਾਬੀ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ 2 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਵਿੱਚ ਗਈ ਸੀ ਅਤੇ ਬ੍ਰੇਨ ਹੈਮਰੇਜ ਦੇ ਕਾਰਨ ਹੁਣ ਇਸ ਲੜਕੀ ਦੀ ਜਾਨ ਚਲੀ ਗਈ ਹੈ। 23 ਸਾਲ ਦੀ ਨਵਦੀਪ ਕੌਰ ਜੋ ਕਿ ਪੰਜਾਬ ਦੇ ਨਾਭਾ ਦੀ ਰਹਿਣ ਵਾਲੀ ਸੀ ਅਤੇ ਚੰਗੇ ਭਵਿੱਖ ਦੇ ਲਈ ਇਹ ਕੈਨੇਡਾ ਦੇ ਵਿੱਚ ਗਈ ਸੀ। ਪਰਿਵਾਰ ਦੇ ਵੱਲੋਂ ਕਰਜ਼ਾ ਚੁੱਕ ਕੇ ਇਸ ਨੂੰ ਭੇਜਿਆ ਗਿਆ ਸੀ ਅਤੇ ਹੁਣ ਇਸ ਦੀ ਪੜ੍ਹਾਈ ਤਕਰੀਬਨ ਪੂਰੀ ਵੀ ਹੋ ਚੁੱਕੀ ਸੀ, ਪਰ ਠੀਕ ਇੱਕ ਹਫ਼ਤਾ ਪਹਿਲਾਂ ਦੱਸਿਆ ਜਾ ਰਿਹਾ ਕਿ ਇਸ ਦੀ ਤਬੀਅਤ ਅਚਾਨਕ ਹੀ ਵਿਗੜ ਜਾਂਦੀ ਹੈ। ਘਰ ਦੇ ਵਿੱਚ ਹੀ ਇਸ ਨੂੰ ਚੱਕਰ ਆਉਂਦੇ ਨੇ ਅਤੇ ਇਸ ਦੇ ਨਾਲ ਦੇ ਸਾਥੀਆਂ ਦੇ ਵੱਲੋਂ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਇਸ ਦੇ ਸਿਰ ਦੇ ਵਿੱਚ ਆਪਰੇਸ਼ਨ ਜੋ ਹੈ ਉਹ ਹੁੰਦਾ ਹੈ ਅਤੇ ਆਪਰੇਸ਼ਨ ਕਾਫ਼ੀ ਸਕਸੈਸ ਵੀ ਹੋ ਜਾਂਦਾ ਹੈ। ਪਰ ਬਾਵਜੂਦ ਇਸ ਦੇ ਦੱਸਿਆ ਜਾ ਰਿਹਾ ਕਿ ਬੀਤੇ ਦਿਨਾਂ ਨਵਦੀਪ ਕੌਰ ਦੀ ਮੌਤ ਹੋ ਗਈ ਹੈ। ਉੱਥੇ ਇਸ ਦੀ ਮੌਤ ਦੀ ਖਬਰ ਘਰੇ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਪਹਿਲਾਂ ਪ੍ਰੋਪਰਟੀ ਵੇਚ ਕੇ 2 ਸਾਲ ਪਹਿਲਾਂ ਇਸ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਅਤੇ ਫਿਰ ਉਸ ਤੋਂ ਬਾਅਦ 5 ਲੱਖ ਰੁਪਏ ਦਾ ਲੋਨ ਲੈ ਕੇ ਘਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਫੀਸ ਭਰੀ ਗਈ ਸੀ। ਪਰ ਹੁਣ ਇਸ ਲੜਕੀ ਦੀ ਜਾਨ ਚਲੀ ਗਈ, ਜਿਸ ਦੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਜ਼ਰੂਰ ਪਿਆ, ਕਿਉਂਕਿ ਲੜਕੀ ਤੋਂ ਬਹੁਤ ਉਮੀਦਾਂ ਸੀ, ਆਸਾਂ ਸੀ, ਪਰ ਹੁਣ ਇਹ ਅਜਿਹਾ ਘੱਟ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਸਰਕਾਰ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਬੇਟੀ ਦੀ ਜੋ ਮ੍ਰਿਤਕ ਦੇਹ ਹੈ ਉਸਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਘਰ ਦੇ ਵਿੱਚ ਸੱਥਰ ਵਿੱਚ ਗਿਆ, ਕੈਨੇਡਾ ਦੇ ਵਿੱਚ ਇੱਕ ਪੰਜਾਬੀ ਲੜਕੀ ਦੀ ਮੌਤ ਹੋਈ ਹੈ ਅਤੇ ਕਰਜ਼ਾ ਚੁੱਕ ਕੇ ਪਰਿਵਾਰ ਦੇ ਵੱਲੋਂ ਇਸ ਲੜਕੀ ਨੂੰ ਵਿਦੇਸ਼ ਦੇ ਵਿੱਚ ਭੇਜਿਆ ਗਿਆ ਸੀ। ਬੇਟੀ ਬਾਰੇ ਵੀਰ ਜੀ ਇੱਦਣ ਫੋਨ ਆਇਆ ਸੀ, ਉਹਦਾ ਕਾਨਫਰੰਸ 'ਤੇ ਲਾ ਰਹੀ ਸੀ ਸਾਨੂੰ, ਅਸੀਂ ਔਨਲਾਈਨ ਨਹੀਂ ਦੇ ਹੈਗੇ ਜੀ, ਨਾ ਮੇਰਾ ਫੋਨ ਆਉਣ, ਰਿਸ਼ਤੇਦਾਰੀ 'ਚ ਫੋਨ ਆ ਰਿਹਾ ਸੀ ਜੀ ਉਹਦਾ। ਉਹ ਮੁੰਡੇ ਨੇ ਜਦ ਕਿਚਨ 'ਚ ਖਾਣਾ ਬਣਾਉਣ ਗਈ ਜੀ, ਉਹ ਡਿੱਗ ਪਈ ਇੱਕ ਲੱਖ ਤੋਂ, ਉੱਧਰੋਂ ਆਵਾਜ਼ ਆਈ ਵੀ ਕੁੜੀ ਡਿੱਗ ਪਈ, ਕੁੜੀ ਡਿੱਗ ਪਈ ਜੀ। ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ, ਕਹਿੰਦਾ ਅੰਕਲ ਜੀ ਵੀ ਨਵਦੀਪ ਡਿੱਗੀ, ਤੁਹਾਨੂੰ ਪਤਾ? ਮੈਂ ਕਿਹਾ ਰਾਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ। ਉਹ ਤੋਂ ਬਾਅਦ 'ਚ ਜੀ ਅਸੀਂ ਫੋਨ ਲਾਇਆ, ਉਹਨਾਂ ਨੇ ਘਰ ਵਾਲੇ ਨੇ ਚੱਕਿਆ, ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਆ, ਨਵਦੀਪ ਵੀ ਹੋਸਪਿਟਲ ਲੈ ਕੇ ਚਲੇ ਗਏ ਜੀ। ਉਹ ਤੋਂ ਬਾਅਦ 'ਚ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ, ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਊਡ ਸੀ ਜੀ, ਇੱਕ ਵੀ ਗੁਰਦੇ 'ਚ ਕਲਾਊਡ ਚਲਿਆ ਗਿਆ ਵੀ, ਉਹਦੇ ਕਰਕੇ ਜੀ ਜਿਹੜੀ ਹਾਰਟ ਬੀਟ ਆ 3 ਵਾਰ ਰੁਕ ਚੁੱਕੀ ਹੈ ਜੀ। ਅਤੇ ਜੀ ਉਹ ਤੋਂ ਬਾਅਦ 'ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ, ਉਹਨਾਂ ਨੂੰ ਪਹਿਚਾਣ ਰਹੀ ਸੀ ਜੀ, ਹਾਲਤ ਠੀਕ ਸੀ, ਮੂੰਹ 'ਚ ਪੈ ਪਏ ਅਤੇ ਉਹਦੇ ਕਰਕੇ ਬੋਲ ਨਹੀਂ ਸੀ ਪਾਉਂਦੀ ਹੈਗੀ ਜੀ। ਉਹ ਤੋਂ ਬਾਅਦ 'ਚ ਜਿਹੜੇ ਉਹਨਾਂ ਨੇ ਕਲਾਊਡ ਖੁਰਨ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਨ ਦਿੱਤੀ ਆ ਜੀ, ਉਹਦੇ ਨਾਲ ਜੀ ਉਹਦਾ ਵੀ ਜਿਹੜੀ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ। ਉਹ ਤੋਂ ਬਾਅਦ 'ਚ ਸਾਨੂੰ ਰਾਤ ਨੂੰ ਫੋਨ ਆਇਆ ਜੀ, ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50-50 ਚਾਂਸ ਨੇ, ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ। ਉਹ 3 ਵਜੇ ਸਾਨੂੰ ਇੱਧਰ ਫਿਰ ਦੁਬਾਰਾ ਫੋਨ ਆਇਆ, ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ, ਪਰ ਹੋਸ਼ 'ਚ ਨਹੀਂ, ਡਾਕਟਰ ਕੁਛ ਵੀ ਕਹਿ ਸਕਦੇ ਵੀ, ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅੱਜ 72 ਘੰਟੇ ਦਾ ਕੁਛ ਨਹੀਂ ਕਹਿ ਸਕਦੇ ਜੀ। 72 ਘੰਟਿਆਂ ਤੋਂ ਬਾਅਦ ਵੀ ਠੀਕ ਆ ਜੀ, ਫਿਰ ਜਿਹੜੀ MRI ਹੋਈ ਆ ਜੀ ਉਹ 'ਚ ਡਾਕਟਰ ਕਹਿ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜੂਗੀ ਜਾਂ ਨਾ ਹੋ ਜੂਗੀ, ਵੀ ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ, ਹੋ ਸਕਣ ਹੋ ਜੇ ਮਹੀਨੇ 'ਚ ਠੀਕ ਹੋ ਜੇ, ਵੀ ਕੋਈ ਜ਼ਿੰਮੇਵਾਰੀ ਨਹੀਂ ਜੀ ਹੈਗੀ। ਉਦੋਂ ਬਾਅਦ 'ਚ ਜਿਹੜੀ MRI ਫੇਰ ਹੋਈ ਆ ਜੀ ਉਹ 'ਚ ਡਾਕਟਰ ਕਹਿੰਦੇ ਵੀਰੇ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਹੈ ਵੀ ਜਿਹੜੇ, ਫਿਰ ਸਾਨੂੰ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ 'ਚ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂੰਹ ਰਾਹੀਂ ਨੱਕ ਰਾਹੀਂ ਆ ਰਹੇ ਨੇ ਵੀ ਬੈਂਟੀ ਤੋਂ ਲਾਉਣੀ ਪੈਣੀ ਹੈ ਜੀ, ਵੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇ ਹੈਗੇ। ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ।
ਕਿੱਦਾਂ ਭੇਜ ਕਦੋਂ ਗਈ ਸੀ ਅਤੇ ਕਿੱਦਾਂ ਭੇਜਿਆ ਉਸ? ਇਹ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ, ਸਟੱਡੀ ਕਰਨ ਗਈ ਸੀ ਜੀ। ਇਹਦੀ ਸਟੱਡੀ ਕੰਪਲੀਟ ਹੋ ਗਈ ਤੀ ਜੀ, ਲਾਸਟ ਸਮੈਸਟਰ ਰਹਿੰਦਾ ਅਤੇ ਉਹ ਪੂਰਾ ਹੋ ਗਿਆ ਅਤੇ ਹੁਣ ਇਹਨੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ। ਉਹ ਤੋਂ ਬਾਅਦ 'ਚ ਜਦੇ ਬਿਮਾਰ ਹੋ ਗਈ ਜੀ। ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ? ਸਾਡੀ ਜੀ ਮਤਲਬ 7 ਤਰੀਕ ਨੂੰ ਹੋਈ ਹੈ ਜੀ, 8 ਨੂੰ ਤਾਂ ਉੱਥੇ ਫਿਰ ਕਾਨਫਰੰਸ 'ਤੇ ਸਾਡੀ ਹੋ ਨਹੀਂ ਪਾਈ ਉਹਦੇ ਨਾਲ ਗੱਲ। ਹਾਂਜੀ 7 ਤਰੀਕ ਨੂੰ ਗੱਲ ਹੋ ਰਹੀ ਹੈ ਸਾਡੀ। ਬੇਟੀ ਨੂੰ ਜਦੋਂ ਭੇਜਿਆ ਕਿਸੇ ਤਰ੍ਹਾਂ ਕੋਈ ਲੋਨ ਲਿੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਛ ਜ਼ਮੀਨ ਜਾਂ ਕੁਝ ਕਰਕੇ? ਇੱਕ ਤਾਂ ਜਿਹੜੀ ਸਾਡੀ ਪ੍ਰੋਪਰਟੀ ਤੀ ਜੀ ਉਹ ਵੇਚੀ ਤੀ ਅਸੀਂ ਨੇ, ਫਿਰ ਉਹ ਤੋਂ ਬਾਅਦ 'ਚ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਫੀਸ ਭੇਜੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਤੀ ਜੀ। ਵੈਸੇ ਤਾਂ ਜੀ ਸੋਚ ਰਹੀ ਤੀ ਅਸੀਂ, ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈ ਆ, ਤੂੰ ਸਟੱਡੀ ਕਰ, ਅਸੀਂ ਤੇਰੇ ਹੀ ਅਸੀਂ ਹੱਲ ਕਰਨੇ ਨੇ, ਅਸੀਂ ਕਿਵੇਂ ਮਰਜ਼ੀ ਕਰੀਏ, ਵੀ ਤੂੰ ਇਹ ਚੀਜ਼ ਨਾ ਸੋਚ, ਵੀ ਤੂੰ ਅਸੀਂ ਸਟੱਡੀ ਕਰਦੇ ਹਾਂ, ਸਟੱਡੀ ਕਰ। ਕੀ ਮੰਗ ਕਰਦੇ ਹਾਂ ਸਰਕਾਰ ਤੋਂ? ਹਾਂਜੀ ਹਾਂ, ਅਸੀਂ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ, ਅਸੀਂ ਡੈੱਡ ਬੋਡੀ ਆ ਜਿਹੜੀ ਉਹ ਇੰਡੀਆ ਲੈ ਕੇ ਆ ਸਕੀਏ। ਕੀ ਨਾਮ ਹੈ? ਹਰਲੀਨ ਕੌਰ। ਤੁਹਾਡੀ ਸਿਸਟਰ ਨਾਲ ਕਦੋਂ ਤੁਹਾਡੀ ਗੱਲ ਹੋਈ ਸੀਗੀ? 5 ਨਵੰਬਰ ਨੂੰ ਉਹਦਾ ਬਰਥਡੇ ਵੀ, ਸਤੰਬਰ ਦਾ। ਉਹਦੇ ਦਿਨ ਤੋਂ ਪਹਿਲਾਂ ਹੀ ਹੋਈ, ਉਹ ਤੋਂ ਬਾਅਦ ਨਹੀਂ ਹੋਈ ਕਦੇ ਵੀ। ਬਰਥਡੇ ਵਾਲੇ ਦਿਨ ਗੱਲ ਹੋਈ ਸੀਗੀ? ਹਾਂ ਠੀਕ ਸੀਗੇ ਉਦੋਂ? ਠੀਕ ਸੀ ਜੀ। ਰਾਮ ਸਿੰਘ ਸਤਨਾਮ ਜੀ, ਜਿਹੜੀ ਬੇਟੀਆ ਪਿੰਡ ਦੀ ਸੀਗੀ ਉਹਦੇ ਰਮਟਨ 'ਚ ਡੈਥ ਹੋਈ, ਕਿੱਦਾਂ ਦੇਖਦੇ ਉਸ ਚੀਜ਼ ਨੂੰ ਲੈ ਕੇ? ਇਹ ਬਹੁਤ ਮੰਦਭਾਗ ਹੈ ਜੀ, ਪਰਿਵਾਰ ਦੇ ਲਈ ਵੀ, ਸਾਡੇ ਨਗਰ ਦੇ ਲਈ ਵੀ, ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ, ਆਪਦੇ ਹਾਲਾਤਾਂ ਨਾਲ ਲੜਿਆ ਅਤੇ ਪਰਿਵਾਰ ਨੇ ਵੀ ਜਿੰਨਾ ਵਾਹ ਲੱਗਦੀ ਸੀ ਆਪਣੇ ਵਿੱਤ ਤੋਂ ਵੱਧ, ਜਿਵੇਂ ਦੱਸਿਆ ਇਹਨੇ ਗੁਰਪ੍ਰੀਤ ਸਿੰਘ ਜੀ ਨੇ, ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ, ਅਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ, ਹਫ਼ਤਾ ਖੰਡ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਲਈ ਬੱਚਾ ਐਲੀਜੀਬਲ ਹੋ ਗਿਆ ਸੀ। ਪਰ ਕੁਦਰਤ ਦੀ ਜਿਹੜੀ ਦਾਅ ਨਹੀਂ ਲਈ ਜਾ ਸਕੀ ਇਹ, ਕਿਉਂਕਿ ਹੁਣ ਅੱਜ ਉਸ ਬੱਚੇ ਨੇ ਪਰਿਵਾਰ ਦਾ ਸਹਾਰਾ ਬਣਨਾ ਸੀ, ਪਰਿਵਾਰ ਨੇ ਆਪਣਾ ਸਭ ਕੁਛ ਇਸ ਵਾਸਤੇ ਕਿ ਬੱਚਾ ਇਹਦੇ ਚੰਗੇ ਭਵਿੱਖ ਲਈ, ਅਤੇ ਜਿਹੜਾ ਇੱਕ ਬੱਚੀ ਹੋਰ ਵੀ ਆ ਛੋਟੀ ਏਜ ਤੋਂ ਵੀ ਉਹਦੇ ਵਾਸਤੇ ਵੀ ਬੱਚਾ ਜਿਹੜਾ ਜਾਂ ਇਹਨਾਂ ਦੇ ਵੀ ਬੁਢਾਪੇ ਦਾ ਸਹਾਰਾ ਬਣੂਗਾ। ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ, ਪਰ ਜਿਹੜੇ ਇਹ ਮੰਦਭਾਗੀ ਘਟਨਾ ਨੇ, ਪਰਿਵਾਰ ਤਾਂ ਝੰਜੋੜ ਕੇ ਰੱਖਿਆ, ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਅਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ NRI ਡਿਪਾਰਟਮੈਂਟ ਇੰਡੀਆ ਦਾ ਜਿਹੜਾ, ਜਾਂ ਸਾਡੀ ਪੰਜਾਬ ਸਰਕਾਰ ਹੈ, ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਹਾਂ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ, ਇਹ ਤਾਂ ਹੁਣ ਬੱਚੇ 'ਤੇ ਸਾਰਾ ਕੁਛ ਲਾਈ ਬੈਠੇ ਆ, ਅਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਇਹ ਪੂਰੀ ਬਾਹ ਲਾਈ ਹੈ, ਅਤੇ ਹੁਣ ਪਰਿਵਾਰ ਬੇਵਸ ਹੈ। ਇੱਕੋ ਇੱਕ ਬੇਨਤੀ ਹੈ NRI ਭਾਈਚਾਰੇ ਨੂੰ, ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਭਵਿੱਖ ਵੀ ਸੁਰੱਖਿਅਤ ਹੋਵੇ, ਅਤੇ ਇਹਨਾਂ ਦਾ ਬੜੇ ਪਏ ਦੀ ਜਿਹੜੀ ਡੰਗੋਰੀ ਹੈ ਉਹ ਵੀ ਕੋਈ ਥੋੜ੍ਹੀ ਬਹੁਤੀ ਚੱਲਦੀ ਰਹਿ ਜਾਵੇ।